ਯੂਨੀਵਰਸਿਟੀ ਅਥਾਰਟੀ ਕੋਈ ਵੀ ਫੈਸਲਾ ਲੈਣ ਨੂੰ ਤਿਆਰ ਹੋ ਜਾਂਦੀ ਹੈ। ਨਹੀਂ ਮੈਮ, ਅਸੀਂ ਕਾਊਂਸਲ ਮੈਂਬਰ ਜਿੱਤ ਕੇ ਆਏ ਜੀ, ਅਸੀਂ ਕੋਈ ਨੋਰਮਲ ਚੁਣ ਕੇ ਅਸੀਂ ਆਏ ਹੋਏ ਜੀ। ਸਾਨੂੰ ਜੇ ਵੋਟਾਂ ਜਿੱਤਾ ਕੇ ਭੇਜਿਆ ਤਾਂ ਇਹਦਾ ਮਤਲਬ ਜਿਸੇ ਨਾਲ ਧੱਕਾ ਹੋਰੇ ਕਿਸੇ ਸਟੂਡੈਂਟ ਨਾਲ, ਉਹਦੇ ਲਈ ਅਸੀਂ ਹੈਗੇ ਸੀ ਤਿਆਰ। ਅਥਾਰਟੀ ਤਾਂ ਡੀਯੂਆਈ ਕੋਲ ਹੁਣ ਆ ਗਈ ਵੀ ਇਹਦੀ ਪਰਮਿਸ਼ਨ, ਹੁਣ ਨਾ ਤਾਂ ਸਰ ਨੇ ਸਾਈਨ ਕਰਕੇ ਅਪਰੂਵਲ, ਸਰ ਦੀ ਅਪਰੂਵਲ ਨਾਲ ਐਡਮਿਸ਼ਨ ਹੋਣੀ, ਪਰ ਸਰ ਨੂੰ ਪਤਾ ਜ਼ਰੂਰ ਸੀਗਾ ਇਹ ਗੱਲ ਸਾਫ਼ ਹੈ ਜੀ। ਜੇ ਸਰ ਨੂੰ ਐਂ ਕਹਿੰਦੇ ਕਿ ਮੈਨੂੰ ਪਤਾ ਨਹੀਂ ਸੀ, ਇਹਦਾ ਮਤਲਬ 300 ਐਡਮਿਸ਼ਨ ਚੱਲਦੀ ਹੈਗੀ ਹੈ ਜੀ। ਫਿਰ ਤਾਂ ਇਹ ਸੀਟ ਤੇ ਬੈਠਣ ਦੀ ਕਿਆ ਪੇਪਰ ਦੇ ਸੀਟ ਤੋਂ ਕੀ ਕਹਿੰਦੇ ਹੈ, ਤੁਸੀਂ ਕਹਿ ਰਹੇ ਹੋ ਮੈਨੂੰ ਪਤਾ ਨਹੀਂ, ਯੂ ਹੈਵ ਗਿਵਨ ਟੂ ਪ੍ਰੈਸ, ਤੁਸੀਂ ਕਹਿ ਰਹੇ ਹੋ ਮੈਨੂੰ ਪਤਾ ਨਹੀਂ ਸੀ, ਮੈਨੂੰ ਪਤਾ ਨਹੀਂ ਸੀ ਕਿਹਦੇ ਕਿਸੇ, ਇਹੀ ਕਿ ਤੁਹਾਡੀ ਜਿਹੜੀ ਚਿੱਠੀ ਆਈ ਪ੍ਰੈਸ ਤੇ ਮੈਨੂੰ ਮਿਲੀ, ਮੈਨੂੰ ਮਿਲਣਾ ਚਾਹੀਦਾ। ਐਡਮਿਸ਼ਨ ਦਾ ਪਤਾ ਸੀ ਸਰ ਗੱਲ? ਯੈਸ, ਮੈਨੂੰ ਪਤਾ ਸੀ, ਮੈਂ ਐਕਸਪੈਕਟ ਤਾਂ ਸਰ ਸਾਰੀ ਗੱਲੀ ਇੱਥੇ ਨਹੀਂ ਪੜੀ ਜੇ ਤੁਹਾਨੂੰ ਪਤਾ ਸੀ। ਫਿਰ ਮੈਨੇ ਜੈਕ ਦਾ ਲਿਖਾ ਹੋਇਆ ਉਸਮੈਂ, ਜੇ ਸਰ ਨੂੰ ਪਤਾ ਸੀਗਾ ਕਿ ਐਡਮਿਸ਼ਨ ਹੈ, ਸਰ ਨੂੰ ਪਤਾ ਕਿ ਗਲਤ ਸੀਗਾ, ਫਿਰ ਵੀ ਜੋ ਕਲਾਸ ਆ ਰਿਹਾ, ਫਿਰ ਇਸ ਤੋਂ ਗੱਲ ਹੀ ਨਹੀਂ ਪੜੀ ਜੀ ਸਾਰੀ। ਕੋਈ ਨੋਰਮਲ ਚ ਫੀਸ ਭਰਨ ਤੋਂ ਇੱਕ ਬੰਦਾ ਇੱਕ ਦਿਨ ਲਈ ਬੰਦਾ ਲੇਟ ਹੋ ਜੇ, ਇੰਨੀ ਇੰਨੀ ਫੀਸ ਹੈਗੀ ਯੂਨੀਵਰਸਿਟੀ ਦੀ ਹਰ ਸਾਲ ਵਧਦੀ ਹੈ, ਜੇ ਕੋਈ ਇੱਕ ਅੱਧਾ ਦਿਨ ਲੇਟ ਹੋ ਜਾਏ ਨਾ, ਨਾਲ ਦੀ ਨਾਲ ਸੀਟ ਟ੍ਰਾਂਸਫਰ ਕਰਕੇ ਅਗਲੇ ਕੋਟੇ ਚ ਪਾ ਦਿੱਤੀ ਜਾਂਦੀ ਹੈ। ਪਰ ਇੱਥੇ ਜੇ ਹੈ ਇਹਨੂੰ 70 ਦਿਨ ਦਾ ਟਾਈਮ ਦਿੱਤਾ ਜਾਊਗਾ ਜੀ, ਕਿਉਂਕਿ ਸਿਫਾਰਿਸ਼ ਹੈਗੀ ਜੀ, ਵਾਈਸ ਚਾਂਸਲਰ ਕੋਲ ਡਾਇਰੈਕਟ ਦੀ ਪਹੁੰਚ ਹੈਗੀ ਹੈ, ਡੀਓਆਈ ਕੋਲ ਪਹੁੰਚ ਹੈਗੀ ਜੀ, ਫੋਨ ਡਾਇਰੈਕਟ ਗਏ ਹੋਏ ਯੂਨੀਵਰਸਿਟੀ ਅਥਾਰਟੀ ਨੂੰ ਤਾਂ ਨਹੀਂ ਪਤਾ ਜੀ। ਕੈਂਸਲ ਕੋਲ ਤਾਂ ਛੁੱਟੀ ਨਹੀਂ, ਕੈਂਸਲ ਕਰਨ ਦੀ ਸਰ ਨਹੀਂ ਕਰਦਾ, ਨਹੀਂ ਕਰੀ ਐਡਮਿਸ਼ਨ, ਨਹੀਂ ਕਰੀ ਜਵਾਬ ਤਾਂ ਇਸ ਚੀਜ਼ ਦਾ ਚਾਹੀਦਾ ਜੀ, ਜਿਹੜੇ 70 ਦਿਨ ਹੈ, ਜਿਹੜੇ 70 ਦਿਨ ਇਹਦਾ ਮਤਲਬ ਇਸਦੀ ਸੈਟਿੰਗ ਹੈਗੀ ਅਥਾਰਟੀ ਨਾਲ, ਮਾਈਗ੍ਰੇਸ਼ਨ ਵਾਲੇ ਬੱਚੇ ਮਾਈਗ੍ਰੇਸ਼ਨ ਵਾਲੇ ਸਰ, ਤੁਹਾਨੂੰ ਤਾਂ ਸਰ ਤਾਂ ਹੀ ਤਾਂ ਲੱਗ ਰਿਹਾ ਨਾ ਕਿ ਸਾਰਿਆਂ ਨੂੰ ਪਤਾ ਨਾ ਲੱਗ ਜੇ। ਗੱਲ ਸਰ ਸਾਫ਼ ਹੈ, ਇੱਕ ਹੈਗੀ ਹੈ ਜੀ ਅਥਾਰਟੀ ਡੀਓਆਈ ਕੋਲ ਹੈਗੀ ਹੈ, ਅਸੀਂ ਬੈਠੇ ਜਾਂਚ ਨਾ ਅਸੀਂ ਯੂਨੀਵਰਸਿਟੀ ਅਥਾਰਟੀ ਤੋਂ ਨਾ ਆਪਾਂ ਨੂੰ ਜਾਂਚ ਚਾਹੀਦੀ, ਕੋਈ ਭਰੋਸਾ ਨਹੀਂ ਉਹਨਾਂ ਦੀ, 1% ਦਾ ਵੀ ਵਿਜੀਲੈਂਸ ਜਾਂਚ ਕਰੇ ਤੇ ਵਾਈਸ ਚਾਂਸਲਰ ਲਿਖ ਕੇ ਦੇਵੇ ਸਾਨੂੰ ਇਹ ਚੀਜ਼। ਐਡਮਿਸ਼ਨ ਕਹਿ ਰਹੇ ਜਿਹੜੀ ਹੈਗੀ ਇਹਨਾਂ ਨੂੰ ਸਜ਼ਾ ਦੇ ਦੋ, ਇਹਦਾ ਮਤਲਬ ਪਤਾ ਤਾਂ ਸੀਗਾ ਸਾਨੂੰ ਗਲਤ ਹੋ ਰਿਹਾ।